ਮਾਲਵਾ ਬੱਡਲੀ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਮੋਟੀਵੇਸ਼ਨਲ ਕੋਟ ਕਹਿੰਦੇ ਟੁੱਟ ਜਾਂਦੇ ਨੇ ਗਰੀਬੀ ਚ ਉਹ ਰਿਸ਼ਤੇ ਜੋ ਅਣਮੋਲ ਹੁੰਦੇ ਨੇ ਹਜ਼ਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੁੰਦੇ ਨੇ ਸੋ ਦੋਸਤੋ ਅਕਸਰ ਇਹ ਜਿਹੜੀ ਗੱਲ ਹੈ ਇਹ ਅੱਜ ਦੇ ਸਮੇਂ ਨੂੰ ਟੁੱਕਦੀ ਹੈ ਜਿਵੇਂ ਬਹੁਤ ਸਾਰੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਜਾਂ ਆਂਢੀ ਗੁਆਂਢੀ ਤੁਹਾਡੇ ਨਜ਼ਦੀਕ ਬਿਲਕੁਲ ਨਹੀਂ ਆਣਗੇ ਜਦੋਂ ਤੁਸੀਂ ਇੱਕ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ ਕਿਸੇ ਐਗਜ਼ਾਮ ਦੀ ਕਿਉਂਕਿ ਉਹਨਾਂ ਨੂੰ ਡਰ ਹੋਊਗਾ ਕਿ ਤੁਸੀਂ ਉਹਨਾਂ ਤੋਂ ਪੈਸੇ ਨਾ ਮੰਗ ਲਵੋ ਆਪਣੀ ਬੁੱਕਸ ਲਈ ਆਪਣੀ ਕੋਚਿੰਗ ਫੀਸ ਲਈ ਜਾਂ ਕਿਸੇ ਵੀ ਰਿਲੇਟਡ ਤੁਸੀਂ ਹੈਲਪ ਨਾ ਮੰਗ ਲਵੋ ਪਰ ਜਿੱਦੂ ਹੀ ਤੁਸੀਂ ਸਕਸੈਸ ਪਾ ਲੈਨੇ ਹੋ ਆਪਣੀ ਮਿਹਨਤ ਨਾਲ ਆਪਣੇ ਮਾਪਿਓ ਦੀ ਸਪੋਰਟ ਨਾਲ ਕਹਿੰਦਾ ਜਿਵੇਂ ਤਵੇਂ ਤੁਸੀਂ ਆਪਣੇ ਮਾੜੇ ਸਮੇਂ ਨੂੰ ਗੁਜ਼ਾਰ ਕੇ ਤੁਸੀਂ ਵਧੀਆ ਪਦਵੀ ਤੇ ਪਹੁੰਚ ਜਾਂਨੇ ਹੋ ਤੁਹਾਡੇ ਉਹੀ ਦੋਸਤ ਮਿਸਟਰ ਰਿਸ਼ਤੇ ਦਾ ਤੁਹਾਡੇ ਘਰੇ ਟੋਲ ਤੇ ਮਤਲਬ ਕਹਿੰਦਾ ਮਠਾਈਆਂ ਲੈ ਕੇ ਇੰਜ ਆਣਗੇ ਜਿਵੇਂ ਪਤਾ ਨਹੀਂ ਕਿੰਨਾ ਕ ਗੂੜਾ ਰਿਸ਼ਤਾ ਹੋਵੇ ਤੇ ਕਿੰਨੀ ਕੀ ਉਹਨਾਂ ਨੇ ਮਦਦ ਕੀਤੀ ਹੋਵੇ ਜਦੋਂ ਤੁਸੀਂ ਔਖੇ ਟਾਈਮ ਦੇ ਵਿੱਚ ਸੀ ਸੋ ਉਹੀ ਫਿਰ ਤੁਹਾਨੂੰ ਮੰਗ ਕਰਨਗੇ ਵੀ ਯਾਰ ਸਾਡਾ ਇਹ ਕੰਮ ਕਰਾ ਦੋਗੇ ਤੁਸੀਂ ਤੁਸੀਂ ਸਾਡੇ ਰ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣ ਗਿਆ ਸੋ ਦੋਸਤੋ ਮੈਂ ਅਹਿਮ ਗੱਲ ਇਹ ਕਹਿ ਜਾਂ ਚਾਹਨਾ ਵੀ ਜਿਹੜੀਆਂ ਤੁਸੀਂ ਕਾਲਜ ਟਾਈਮ ਸਕੂਲ ਟਾਈਮ ਜਾਂ ਵੀ ਤੋ ਜਿਹੜੇ ਵੀ ਤੁਹਾਡੇ ਦੋਸਤ ਮਿੱਤਰ ਬਣੇ ਆ ਉਹ ਤੁਹਾਡੇ ਚਲੋ ਉਹ ਟਾਈਮ ਵਧੀਆ ਸੀ ਉਸ ਟਾਈਮ ਤੁਹਾਡੇ ਨਾਲ ਰਹਿੰਦੇ ਸੀ ਬਟ ਹੁਣ ਤੁਹਾਨੂੰ ਜਿਹੜਾ ਪੁੱਛਣਾ ਹੈ ਉਹਨਾਂ ਨੇ ਤੁਹਾਡੀ ਪਦਵੀ ਅਕੋਰਡਿੰਗ ਹੀ ਤੁਹਾਡੇ ਨਾਲ ਰਿਸ਼ਤਾ ਰੱਖਣਾ ਸੋ ਇਸੇ ਕਰਕੇ ਤੁਸੀਂ ਹੁਣੇ ਤੋਂ ਹੀ ਆਪਣਾ ਫਿਊਚਰ ਬਣਾਉਣਾ ਸ਼ੁਰੂ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਨੋਬਤ ਨਾ ਆਵੇ ਕਿ ਤੁਹਾਡੇ ਪੱਲੇ ਕੱਖ ਨਾ ਹੋਵੇ ਤੁਹਾਡੇ ਨਾਲ ਯਾਰ ਬੈਲੀ ਵੀ ਨਾ ਖੜਨ ਸੋ ਇਸੇ ਕਰਕੇ ਆਪਣੀ ਗਨਵੇ ਚੋਂ ਮੇ ਯਾਰਾਂ ਨਾਲ ਰੱਖੋ ਦੋਸਤੀ ਜਿਹੜੇ ਕਿ ਤੁਹ ਖਰੇ ਨਹੀਂ ਜੇਕਰ ਮੇਕੋ ਕੁਝ ਹੁਣ ਹੈ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਉਹਨਾਂ ਨਾਲ ਰਿਸ਼ਤਾ ਜ਼ਰੂਰ ਨਿਭਾਈਓ ਇਹ ਨਾ ਹੋ ਜਾਈਓ ਕਿ ਤੇ ਤੁਸੀਂ ਉਹਨਾਂ ਨੂੰ ਛੱਡ ਜਾਓ ਨਵੇਂ ਰਿਸ਼ਤਿਆਂ ਨਾਲ ਤੁਸੀਂ ਰਲ ਜਾਓ ਜਿਹੜੇ ਕਿ ਤੁਹਾਡੇ ਨਾਲ ਓਕੇ ਸਮੇਂ ਵਿੱਚ ਖੜੇ ਨਹੀਂ ਸੀਗੇ ਬਾਕੀ ਦੋਸਤੋ ਇਨਸਟਾ YouTube Facebook ਤੇ ਤੁਸੀਂ ਅਕਸਰ ਵੀਡੀਓਜ਼ ਦੇਖਦੇ ਹੋ ਜਿਹੜਾ ਬੰਦਾ ਸਕਸੈਸ ਪਾਉਂਦਾ ਉਹ ਦੀ ਇੰਟਰਵਿਊ ਦਿੰਦਾ ਤਾਂ ਇਹੀ ਗੱਲ ਕਹਿੰਦਾ ਵੀ ਜਦੋਂ ਸਾਡਾ ਓੱਖਾ ਟਾਈਮ ਸੀ ਸਾਡੇ ਨਾਲ ਕੋਈ ਨਹੀਂ ਖੜਿਆ ਤੇ ਜਦੋਂ ਅਸੀਂ ਮਤਲਬ ਕਹਿਿੰਦਾ ਪਾਵ ਵਧੀਆ ਸਕਸੈਸ ਪਾ ਲਈ ਚੰਗੇ ਅਹੁਦੇ ਤੇ ਪਹੁੰਚ ਗਏ ਤਾਂ ਸਾਰੇ ਆਪਾਂ ਨੂੰ ਰਿਸ਼ਤੇਦਾਰ ਮੰਨਣ ਲੱਗ ਪਏ ਸੋ ਇਹੀ ਗੱਲ ਹੁੰਦੀ ਹੈ ਦੋਸਤੋ ਹੁਣ ਪੜਾਈ ਨੂੰ ਇਹ ਸੋਚ ਕੇ ਜ਼ਰੂਰ ਕਰਿਓ ਵੀ ਜੇਕਰ ਅੱਗੇ ਜ਼ਿੰਦਗੀ ਵਿੱਚ ਤੁਸੀਂ ਰਿਸ਼ਤੇ ਬਣਾਣੇ ਆ ਤਾਂ ਤੁਹਾਨੂੰ ਪੜਨਾ ਤਾਂ ਪੈਣਾ ਹੀ ਆ ਹੁਣ ਆਪਾਂ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਜੀ ਸਭ ਤੋਂ ਪਹਿਲਾਂ ਸਾਰੇ ਹੀ ਛੋਟੇ ਵੱਡੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਹੈ ਤੇ ਨਾਲ ਹੀ ਦਿਲ ਦਹਿਲਾਉਣ ਵਾਲੀਆਂ ਜਾਣਕਾਰੀਆਂ ਲੈ ਕੇ ਆਏ ਹਾਂ ਤੁਹਾਡੇ ਸਾਰੇ ਭੈਣ ਭਰਾਵਾਂ ਲਈ ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਦਾ ਸੁਪਨਾ ਹੈ ਵੀ ਪੰਜਾਬ ਪੁਲਿਸ ਦੇ ਵਿੱਚ ਅਸੀਂ ਨੌਕਰੀ ਲੈਣੀ ਹੈ ਡਿਪਾਰਟਮੈਂਟ ਦੇ ਵਿੱਚ ਇੱਕ ਨਾ ਇੱਕ ਵਾਰੀ ਤਾਂ ਸਾਡਾ ਨਾਮ ਆਵੇਗਾ ਹੀ ਸਾਡਾ ਲਿਸਟ ਦੇ ਵਿੱਚ ਪੀਡੀਐਫ ਦੇ ਵਿੱਚ ਜਿਹੜਾ ਕਿ ਪੇਪਰ ਦੇਣ ਤੋਂ ਬਾਅਦ ਰਿਜ਼ਲਟ ਆਉਂਦਾ ਸੋ ਬਹੁਤ ਸਾਰੇ ਬੱਚਿਆਂ ਨੇ ਕੁਐਸ਼ਨ ਕੀਤੇ 2021 ਤੇ 23 ਦੇ ਹਜੇ ਤੱਕ ਕੋਈ ਰ ਵਿਖ ਨੂੰ ਮਿਲ ਰਹੀ ਹੈ ਰੋਜ਼ ਬੱਚਾ ਇਹੀ ਪੁੱਛਦਾ ਕਦੋਂ ਆਉਣਗੇ ਸਕੋਰ ਕਾਰਡ ਕਦੋਂ ਆਉਣਗੇ ਸਕੋਰ ਕਾਰਡ ਸੋ ਦੋਸਤੋ ਦੇਖੋ ਇਹ ਆਫੀਸ਼ੀਅਲ ਡਿਪਾਰਟਮੈਂਟ ਦਾ ਫੈਸਲਾ ਹੈ ਕਦੇ ਵੀ ਤੁਹਾਡੇ ਸਕੋਰ ਕਾਰਡ ਜਿਹੜੇ ਰਿਫਲੈਕਟ ਕਰ ਸਕਦੇ ਹੈ ਵੈਬਸਾਈਟ ਉੱਤੇ ਬਟ ਆਪਣੇ ਵੱਲੋਂ ਆਪਾਂ ਉਮੀਦ ਇੱਕ ਜਗਾਈ ਬੈਠੇ ਆਂ ਵੀ ਅੱਜ ਜਾਂ ਇੱਕ ਆਉਣ ਵਾਲੇ ਇੱਕ ਦੋ ਦਿਨ ਤੱਕ ਅਪਲੋਡ ਹੋ ਸਕਦੀ ਹੈ ਕਿਉਂਕਿ ਦੋਸਤੋ ਆਫੀਸ਼ੀਅਲ ਜੇ ਆਪਾਂ ਸੋਚੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਦੀ ਚੇਂਜੇਸ ਵੀ ਹੋਣੀ ਹੁੰਦੀ ਹੈ ਜਾਂ ਕੋਈ ਡੇਟਸ ਫਿਕਸ ਕੀਤੀਆਂ ਹੁੰਦੀਆਂ ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਇਨਕੁਆਇਰੀ ਦਿੰਦਾ ਰਹਿਣਾ ਵੀ ਇਹ ਚ ਤੁਸੀਂ ਇਹ ਦੇਖੋ ਵੀ ਪੰਜਾਬ ਪੁਲਿਸ ਵੱਲੋਂ ਵੀ ਅਲਰਟ ਦਿੱਤਾ ਗਿਆ ਵੀ ਪਹਿਲੇ ਹਫਤੇ ਤੁਹਾਡੇ ਟ్రਾਇਲ ਕਰਾਣੇ ਆ ਸੋ ਇਸ ਹਿਸਾਬ ਨਾਲ ਤਾਂ ਅੱਜ ਕੱਲ ਦੇ ਵਿੱਚ ਤੁਹਾਡਾ ਰਿਜ਼ਲਟ ਆ ਸਕਦਾ ਹੈ ਰਿਜ਼ਲਟ ਤਾਂ ਚਲੋ ਆ ਹੀ ਜਾਣਾ ਇੱਕ ਨਾ ਇੱਕ ਦਿਨ ਬਾਕੀ ਤੁਸੀਂ ਹੁਣ ਪ੍ਰਮਾਤਮਾ ਦਾ ਨਾਮ ਜਪੋ ਵੀ ਰਿਜ਼ਲਟ ਜਿੰਨਿਆਂ ਦਾ ਵੀ ਆਵੇ ਪੈਣ ਪ੍ਰਾਵਾਂ ਦਾ ਵਧੀਆ ਆਵੇ ਉਹਨਾਂ ਨੂੰ ਚੰਗਾ ਰਿਸਪੌਂਸ ਮਿਲੇ ਜਿਹੜੇ ਪੈਣ ਪ੍ਰਾਵਾਂ ਨੂੰ ਕਹਿੰਦਾ ਪਾਵ ਰਿਜ਼ਲਟ 네ਗੇਟਿਵ ਮਿਲਦਾ ਤਾਂ ਉਹਨਾਂ ਨੂੰ ਇੱਕ ਅਕਲ ਮਿਲੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਵੇਂ ਤਿਆਰੀ ਕਰਨੀ ਹੈ ਜਾਂ ਜਿਨ੍ਹਾਂ ਪੈਣ ਪ੍ਰਾਵਾਂ ਦਾ ਪੋਜ਼ਿਟਿਵ ਰਿਜ਼ਲਟ ਆਂਦਾ ਹੈ ਮਤਲਬ ਕਿ ਉਹਨਾਂ ਨੂੰ ਲੱਗਦਾ ਅਸੀਂ ਕੁ ਆਪਣਾ ਦਿਲ ਲਗਾ ਕੇ ਮਿਹਨਤ ਕਰਨ ਕਿਉਂਕਿ ਹੁਣ ਇਹ ਸਮਾਂ ਬਹੁਤ ਥੋੜਾ ਹੈ ਤੁਹਾਡੇ ਕੋਲ ਇੱਕ ਫਸਟ ਹਫਤੇ ਜਿਹੜਾ ਤੁਹਾਡਾ ਕਹਿੰਦਾ ਬਹੁਤ ਦਸੰਬਰ ਦੇ ਟ్రਾਇਲ ਹੋਣੇ ਆ ਤੇ ਇਹ ਨਾ ਹੋ ਜੇ ਕਿਤੇ ਤੁਸੀਂ ਫਿਜ਼ੀਕਲ ਟ్రਾਇਲ ਦੇ ਵਿੱਚੋਂ ਮਤਲਬ ਕਿ ਮਲ ਨਾ ਮਾਰ ਸਕੋ ਸੋ ਇਸੇ ਕਰਕੇ ਕਹਿੰਨਾ ਤੁਸੀਂ ਪ੍ਰਮਾਤਮਾ ਅਗੇ ਅਰਦਾਸ ਕਰੋ ਤੇ ਮਿਹਨਤ ਰੱਖੋ ਜਾਰੀ ਕਿਉਂਕਿ ਮਿਲਣ ਵਾਲੀ ਹੈ ਤੁਹਾਨੂੰ ਨੌਕਰੀ ਸਰਕਾਰੀ ਸੋ ਦੋਸਤੋ ਦੇਖੋ ਤੁਹਾਡੇ ਕੋਲ ਹੁਣ ਬਹੁਤ ਹੀ ਅਹਿਮ ਸਮਾਂ ਰਹਿ ਗਿਆ ਜਿਸ ਨੂੰ ਤੁਸੀਂ ਹੁਣ ਗਵਾਣਾ ਨਹੀਂ ਆਪਣੇ ਇਸ ਨੂੰ ਯੂਜ਼ ਕਰਕੇ ਆਪਣਾ ਜਿਹੜਾ ਫਿਊਚਰ ਬਣਾਣਾ ਹੈ ਸੋ ਦੋਸਤੋ ਅੱਜ ਦੀ ਵੱਡੀ ਅਪਡੇਟ ਇਹ ਹੈ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਇੱਕ ਵਰਦੀ ਪਿੱਛੇ ਬੱਚਾ ਦਿਨ ਰਾਤ ਮਿਹਨਤ ਕਰਦਾ ਹੈ ਕਹਿੰਦਾ ਪਾ ਉਹ ਆਪਣਾ ਸਾਰੀ ਜ਼ਿੰਦਗੀ ਭੁੱਲ ਜਾਂਦਾ ਜਿਹੜੀ ਜਵਾਨੀ ਦੀ ਹੁੰਦੀ ਹੈ ਤੇ ਉਹ ਵਰਦੀ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਹੀ ਬੱਚਾ ਜੇਕਰ ਸੋਸ਼ਲ ਮੀਡੀਆ ਉੱਤੇ ਆਪਣੀ ਵੀਡੀਓਜ਼ ਪਾਉਂਦਾ ਹੈ ਤਾਂ ਉਹ ਇੱਕ ਹਿਸਾਬ ਦਾ ਉਹ ਵਰਦੀ ਦਾ ਨਾਮ ਵੀ ਖਰਾਬ ਕਰ ਰਿਹਾ ਤੇ ਦੂਸਰੀ ਗੱਲ ਹੈ ਖੌਫ ਉਹ ਵੀ ਉਸ ਦਾ ਘਟਦਾ ਜਾ ਰਿਹਾ ਲੋਕਾਂ ਦੇ ਵਿੱਚ ਜਿਹੜਾ ਕਿ ਅਹਿਮ ਅਦਾ ਰੋਲ ਕਰਦਾ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਸੋ ਦੋਸਤੋ ਅੱਜ ਨੋਟੀਫਿਕੇਸ਼ਨ ਆਇਆ ਵੀ ਪੰਜਾਬ ਪੁਲਿਸ ਦੀ ਜਿਹੜੀ ਵਰਦੀ ਹੈ ਉਸ ਨੂੰ ਪਾ ਕੇ ਕਿਸੇ ਨੇ ਵੀ ਸੋਸ਼ਲ ਮੀਡੀਆ ਉੱਤੇ ਕਹਿੰਦਾ ਪਾ ਵੀਡੀਓ ਨਹੀਂ ਪਾਣੀ ਕੋਈ ਵੀ ਮੁਲਾਜ਼ਮ ਜਾਂ ਫਿਰ ਨਵੇਂ ਮੁਲਾਜ਼ਮ ਹੈ ਜਾਂ ਫਿਰ ਪੁਰਾਣੇ ਮੁਲਾਜ਼ਮ ਹੈ ਕਾਰਨ ਕੀ ਹੈ ਦੋਸਤੋ ਜਿਹੜਾ ਪੁਲਿਸ ਦਾ ਇੱਕ ਖੌਫ ਹੁੰਦਾ ਹੈ ਪਬਲਿਕ ਦੇ ਵਿੱਚ ਉਹ ਘਟਦਾ ਜਾ ਰਿਹਾ ਹੈ ਜਿਹੜਾ ਵਰਦੀ ਦਾ ਗਲਤ ਉਪਯੋਗ ਕੀਤਾ ਜਾ ਰਿਹਾ ਹੈ ਵਰਦੀ ਨੂੰ ਵਿਊਜ਼ ਜਾਂ ਫੇਮ ਲੈਣ ਲਈ ਕਹਿੰਦਾ ਪਾ ਯੂਜ਼ ਕੀਤਾ ਜਾ ਰਿਹਾ ਹੈ ਬਾਕੀ ਦੋਸਤੋ ਜੇ ਕੋਈ ਨੋਲੇਜੇਬਲ ਗੱਲਾਂ ਹੈਗੀਆਂ ਉਹਨਾਂ ਲਈ ਤਾਂ ਚਲੋ ਵਧੀਆ ਵੀਡੀਓ ਪਾਣੀ ਵੀ ਚਾਹੀਦੀ ਹੈ ਮੀਡੀਆ ਜਿਵੇਂ ਪਾਉਂਦੀ ਹੈ ਤੁਹਾਡੇ ਸਾਹਮਣੇ ਖੜ ਕੇ ਪੁਲਿਸ ਮੁਲਾ ਉਹ ਤਬਤੀਸ਼ ਕੀਤੀ ਜਾਂ ਫਿਰ ਟ੍ਰੈਫਿਕ ਰੂਲਜ਼ ਨੂੰ ਲੈ ਕੇ ਨਾ ਕਿ ਗੰਦੇ ਗਾਣੇ ਲਾ ਕੇ ਉਸ ਦੇ ਉੱਤੇ ਤੁਰਨਾ ਫਿਰਨਾ ਜਾਂ ਫਿਰ ਡਾਂਸ ਕਰਨਾ ਉਹ ਬਿਲਕੁਲ ਮਨਾਹੀ ਕਰ ਦਿੱਤੀ ਹੈ 700 ਤੋਂ ਵੱਧ ਜਿਹੜੇ ਹੈਗੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਉੱਤੇ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਦੀ ਵੀਡੀਓਜ਼ ਦੇਖਣ ਨੂੰ ਮਿਲੀਆਂ ਨੇ ਸੋਸ਼ਲ ਮੀਡੀਆ ਉੱਤੇ ਬਾਕੀ ਸ਼ਾਇਦ ਉਹਨਾਂ ਉੱਤੇ ਕਾਰਵਾਈ ਉਹਨਾਂ ਨੂੰ ਇੱਕ ਵਾਰੀ ਮਾਫ ਵੀ ਕੀਤਾ ਜਾਊਗਾ ਕਿਉਂਕਿ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਅੱਜ ਹੀ ਇਹ ਲੈਟਰ ਜਾਰੀ ਕੀਤਾ ਗਿਆ ਜਿਸ ਕਰਕੇ ਹੁਣ ਜਲਦ ਹੀ ਮੁਲਾਜ਼ਮ ਭਰਾ ਜਿਹੜੇ ਆਪਣੀਆਂ ਵਰਦੀਆਂ ਨਾਲ ਜਿਹੜੀਆਂ ਵੀ ਫੋਟੋਜ਼ ਜਾਂ ਵੀਡੀਓਜ਼ ਅਪਲੋਡ ਕੀਤੀਆਂ ਹੋਣਗੀਆਂ ਉਹ ਕਾਊਂਟਾਂ ਤੋਂ ਡਿਲੀਟ ਕਰ ਦੇਣਗੇ ਬਾਕੀ ਜਿਹੜੇ ਵੀ ਅਕਾਊਂਟ ਬਣੇ ਹੋਏ ਨੇ ਲੋਕਾਂ ਨੇ ਪੈਸੇ ਕਮਾਣ ਲਈ ਜਾਂ ਧੰਦੇ ਬਣਾਏ ਹੋਏ ਨੇ ਸੋਸ਼ਲ ਮੀਡੀਆ ਉੱਤੇ ਵੀ ਅਸੀਂ ਵੀਡੀਓਜ਼ ਅਪਲੋਡ ਕਰਕੇ ਰੱਖਦੇ ਆ ਵੀ ਇਸ ਦੇ ਵਿਊ ਪਾਣਗੇ ਫੇਮ ਬਣਨਗੇ ਪੇਜ ਸਾਡਾ ਚੱਲੂਗਾ ਚੈਨਲ ਸਾਡਾ ਚੱਲੂਗਾ ਉਹ ਵੀ ਜਲਦੀ ਹੀ ਬੰਦ ਹੋਣ ਵਾਲੇ ਨੇ ਦੋਸਤੋ ਬਹੁਤ ਸਾਰੇ ਕਹਿੰਦਾ ਪਾ ਬੱਚਿਆਂ ਨੂੰ ਇਹ ਵੀ ਜਾਣ ਕੇ ਖੁਸ਼ੀ ਹੋਵੇਗੀ ਵੀ ਹੁਣ ਜਿੱਥੇ ਤੁਸੀਂ ਚਲਾਨ ਕਟਾਉਂਦੇ ਹੁਣ ਸਮੇਂ ਕਹਿੰਦੇ ਹੁੰਦੇ ਸੀ ਅਸੀਂ ਤੁਹਾਡੇ ਫੋਲੋਅਰਾਂ ਤੁਹਾਡੇ ਵਿਊਅਰਾਂ ਤੁਹਾਡੇ ਹੋ ਹਾਂ ਤੁਸੀਂ ਛੱਡ ਦੋ ਉਹ ਛੱਡ ਦਿੰਦੇ ਸੀ ਬਟ ਹੁਣ ਨਹੀਂ ਛੱਡੇ ਜਾਉਂਗੇ ਹੁਣ ਤੁਹਾਡਾ ਚਲਾਨ ਵੀ ਚਲਾਨ ਵੀ ਕੱਟਿਆ ਜਾਊਗਾ ਤੇ ਨਾਲ ਹੀ ਜੋ ਬੰਨ ਦੀ ਕਾਰਵਾਈ ਹੋਗੀ ਤੁਹਾਡੇ ਤੇ ਵੀ ਹੋਊਗੀ ਠੀਕ ਹੈ ਜੀ ਸੋ ਅਗਲੀ ਗੱਲ ਦੋਸਤੋ ਇਹ ਹੈ ਵੀ ਵਰਦੀ ਨੂੰ ਕਮਾਉਣਾ ਬਹੁਤ ਮੁਸ਼ਕਿਲ ਹੈ ਤੁਸੀਂ ਹੁਣ ਦਿਨ ਰਾਤ ਮਿਹਨਤ ਕਰਦੇ ਹੋ ਜੇ ਤੁਸੀਂ ਅਕਸਰ ਵੀਡੀਓਜ਼ ਵਗੈਰਾ ਪਾਣ ਲਈ ਤੁਸੀਂ ਮਿਹਨਤ ਕਰ ਰਹੇ ਹੋ ਤਾਂ ਬਹੁਤ ਗਲਤ ਗੱਲ ਹੈ ਕਿਉਂਕਿ ਵਰਦੀ ਪਿੱਛੇ ਜਿਹੜੀ ਡਿਊਟੀ ਹੁੰਦੀ ਹੈ ਨਾ ਬਹੁਤ ਅਹਿਮ ਰੋਲ ਅਦਾ ਕਰਦੀ ਹੈ ਕਿਉਂਕਿ ਤੁਸੀਂ ਆਲਰੇਡੀ ਹੀਰੋ ਹੈਗੇ ਤੇ ਇੱਕ ਤੁਸੀਂ ਵੀਡੀਓ ਪਾ ਕੇ ਆਪਣੇ ਆਪ ਨੂੰ ਕਹਿੰਦਾ ਪਾਓ ਪਬਲਿਕ ਵਰਗਾ ਨਾ ਸਮਝੋ ਕਿਉਂਕਿ ਹੀਰੋ ਹਮੇਸ਼ਾ ਬਹੁਤ ਹੀ ਘੱਟ ਨਜ਼ਰ ਆਂਦਾ ਹੈ ਲੋਕਾਂ ਦੇ ਵਿੱਚ ਬਟ ਜਦੋਂ ਉਹ ਮਤਲਬ ਕਿ ਨਜ਼ਰ ਆਂਦਾ ਹੈ ਤਾਂ ਦੋਸਤ ਉਸਦੇ ਫੈਨ ਬਹੁਤ ਹੁੰਦੇ ਨੇ ਕਹਿੰਦਾ ਪਾਓ ਤੁਸੀਂ ਫਿਲਮਾਂ ਦੇ ਵਿੱਚ ਵੀ ਦੇਖਿਆ ਹੋਊਗਾ ਜਿੰਨਾ ਚਿਰ ਫਿਲਮ ਚਲਦੀ ਰਹਿੰਦੀ ਹੈ ਚਲਦੀ ਰਹਿੰਦੀ ਹੈ ਜਦੋਂ ਹੀਰੋ ਦੀ ਐਂਟਰੀ ਹੁੰਦੀ ਹੈ ਤਾਂ ਰੋਲਾ ਐਦਾਂ ਪੈਂਦਾ ਪਤਾ ਨਹੀਂ ਕੀ ਹੋ ਗਿਆ ਹੋਵੇ ਹਨਾ ਜੀ ਉਵੇਂ ਹੀ ਪੰਜਾਬ ਪੁਲਿਸ ਦਾ ਇੱਕ ਵਰਕ ਹੁੰਦਾ ਜਦੋਂ ਪੰਜਾਬ ਪੁਲਿਸ ਦੇ ਡਿਪਾਰਟਮੈਂਟ ਦੇ ਕੋਈ ਵੀ ਪਰਸਨ ਗਲੀ ਦੇ ਵਿੱਚ ਵੀ ਆਂਦਾ ਤਾਂ ਲੋਕੀ ਐਂ ਕਰਦੇ ਵਿੱਚ ਅੰਦਰ ਵੜਦੇ ਆ ਪਤਾ ਨਹੀਂ ਕੀ ਹੋ ਗਿਆ ਸੋ ਕਾਰਨ ਇਹੀ ਆ ਦੋਸਤੋ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਇਸੇ ਕਰਕੇ ਇਹ ਕਹਿੰਦ ਬਵੈਕਸ਼ਨ ਲਿਆ ਗਿਆ ਵੀ ਇੱਕ ਖੋਫ ਬਣਿਆ ਹੋਵੇ ਸਾਰੀ ਹੀ ਪਬਲਿਕ ਦੇ ਵਿੱਚ ਤਾਂ ਕਿ ਕੋਈ ਵੀ ਮੁਲਾਜ਼ਮ ਜਦੋਂ ਕੋਈ ਕਾਰਵਾਈ ਕਰਨ ਜਾਵੇ ਤਾਂ ਜਿਹੜਾ ਵਿਲੀਅਨ ਮਤਲਬ ਕਹਿੰਦਾ ਪਾਉ ਗੈਂਗਸਟਰ 테ਰਰਿਸਟ ਜਾਂ ਕਿਸੇ ਵੀ ਤਰ੍ਹਾਂ ਦੀ ਮੰਦੀਰਪੂਣਾ ਉਹ ਭੱਜ ਜਾਵੇ ਉੱਥੋਂ ਕਿਉਂਕਿ ਉਹਨੂੰ ਪਤਾ ਹੈ ਵੀ ਹੁਣ ਸਾਡੀ ਸ਼ਮਤ ਆਉਣ ਵਾਲੀ ਹੈ ਸੋ ਇਸੇ ਕਰਕੇ ਇਹ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਹੀ ਤੁਹਾਨੂੰ ਸੁਚੇਤ ਕਰਨਾ ਚਾਹੁੰਗਾ ਦੋਸਤੋ ਵੀ ਸਕੋਰ ਕਾਰਡ ਕਦੇ ਵੀ ਰਿਫਲੈਕਟ ਹੋ ਸਕਦੇ ਆ ਅਨਸਰ ਕੀ ਕਦੇ ਵੀ ਰਿਫਲੈਕਟ ਹੋ ਸਕਦੀ ਹੈ ਤੁਹਾਡੇ ਵੈਬਸਾਈਟ ਉੱਤੇ ਕਿਉਂਕਿ ਹੁਣ ਸਮਾਂ ਆ ਗਿਆ ਹੈ ਤੁਹਾਡੇ ਕੋਲ ਪੂਰੇ 10 ਦਿਨ ਰਹਿ ਗਏ ਮਤਲਬ ਕਹਿੰਦਾ ਪਾਉ ਟ੍ਰਾਇਲਸ ਦੇ ਵਿੱਚ ਸੋ ਜਿਸ ਕਰਕੇ ਤੇ ਹੁਣ ਵੈਬਸਾਈਟ ਨੂੰ ਦੋ ਟਾਈਮ ਖੋਲ ਕੇ ਦੇਖਣਾ ਸ਼ੁਰੂ ਕਰ ਦੋ ਉਹ ਸਵੇਰ ਤੇ ਸ਼ਾਮ ਨੂੰ ਕਦੇ ਵੀ ਤੁਹਾਨੂੰ ਵੇਖਣ ਨੂੰ ਮਿਲ ਸਕਦਾ ਤੁਹਾਡਾ ਰਿਜ਼ਲਟ ਜਾਂ ਆਨਸਰ ਕੀ ਜਿਹਨੂੰ ਕੈਂਡੀਡੇਟ ਰਿਸਪਾਂਸ ਕਹਿੰਦੇ ਹੋਂ ਜੇ ਵੀਡੀਓ ਦਾ ਕੰਟੈਂਟ ਚੰਗਾ ਲੱਗਾ ਤਾਂ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸਾਡੇ ਚੈਨਲ ਨੂੰ ਬੈਲ ਆਈਕਨ ਪ੍ਰੈਸ ਕਰਨਾ ਬਿਲਕੁਲ ਨਾ ਭੁੱਲਿਓ ਕੋਈ ਵੀ ਨਵੀਂ ਅਪਡੇਟ ਆਂਦੀ ਹੈ ਸਾਡੇ ਚੈਨਲ ਤੇ ਤੁਹਾਨੂੰ ਪਹਿਲ ਦੇ ਆਧਾਰ ਤੇ ਮਿਲੇਗੀ ਸ਼ੇਅਰ ਕਰਿਓ WhatsApp Telegram ਉੱਤੇ ਤੇ ਕਮੈਂਟ ਸੈਕਸ਼ਨ ਵਿੱਚ ਕਿਸੇ ਵੀ ਤਰ੍ਹਾਂ ਦਾ ਸੁਝਾਅ ਪੁੱਛ ਸਕਦੇ ਹੋ ਬਾਕੀ ਲਵ ਪੰਜਾਬ ਪੁਲਿਸ ਲੈ ਕੇ ਜ਼ਰੂਰ ਜਾਈਓ ਦੋਸਤੋ ਬਾਕੀ ਜਿਹ ਕੋਰੋਨਾ ਤੱਕ ਵਾਤੁ ਵਾਤ ਮੈਸੇजेस ਪਹੁੰਚਾਓ ਤਾਂ ਕਿ ਉਹ ਜਲਦੀ ਤੋਂ ਜਲਦੀ ਇਸ ਚੀਜ਼ ਤੇ ਐਕਸ਼ਨ ਲੈ ਲੈਣ ਤਾਂ ਕਿ ਉਹਨਾਂ ਦਾ ਕੋਈ ਨਾਮ ਨਾ ਆਵੇ ਸੋ ਜਿਸ ਕਰਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਹੀ ਪੈਨਪਰਾਂ ਨੂੰ ਜੈ ਹਿੰਦ